ਫਿਰੋਜ਼ਪੁਰ ਦੇ ਸਰਹੱਦੀ ਕਸਬਾ ਮਮਡੋਟ ਨੇੜਲੇ ਪਿੰਡ ਕੋੜਾ ਚੱਕ ਵਿਖੇ ਇੱਕ ਵਿਆਹਤਾ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਮੁਤਾਬਕ ਦੋ ਸਕੀਆਂ ਭੈਣਾਂ ਇੱਕੋ ਘਰ ਵਿੱਚ ਗਈਆਂ ਸਨ ਤੇ ਛੋਟੀ ਭੈਣ ਦਾ ਘਰ ਵਾਲਾ ਅਕਸਰ ਹੀ ਉਸਦੀ ਕੁੱਟਮਾਰ ਕਰਦਾ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਮਹਿਲਾ ਨੇ ਅਜਿਹਾ ਖੌਫਨਾਕ ਕਦਮ ਚੁੱਕਿਆ। ਵੱਡੀ ਭੈਣ ਦੇ ਦੱਸਣ ਮੁਤਾਬਕ ਪਿਛਲੇ 4 ਸਾਲਾਂ ਤੋਂ ਉਸਦੀ ਭੈਣ ਪ੍ਰੀਤੋ ਨੂੰ ਉਸਦਾ ਪਤੀ ਕਿਸ਼ੋਰ ਸ਼ਰਾਬ ਪੀ ਕੇ ਮਾਰਦਾ ਸੀ ਤੇ ਅੱਜ ਜਦੋਂ ਉਹ ਬਾਹਰ ਪੱਠੇ ਲੈਣ ਗਈ ਸੀ ਤਾਂ ਮਗਰੋਂ ਉਸਦੀ ਭੈਣ ਨੇ ਫਾਹਾ ਲੈ ਲਿਆ। ਲੜਦੇ ਸੀ ਤੇ ਘਰ ਵਾਲਾ ਕੋਲ ਸੀ? ਨਹੀਂ, ਕੋਲ ਸੀ। ਕੀ ਗੱਲ ਕੀ ਬਣੀ, ਕਿਵੇਂ ਵੇਖਿਆ ਤੁਸੀਂ? ਕੁੱਤਾ ਮਾਰਦਾ, ਬੜੇ 4 ਸਾਲ ਹੋ ਗਏ ਕੁੱਤਾ ਮਾਰਦਾ ਸੀ। ਜਿਸ ਟਾਈਮ ਡੈਥ ਹੋਈ ਤੁਸੀਂ ਇਕੱਲੇ ਸੀ ਘਰ 'ਚ? ਹਾਂ, ਇਕੱਲੇ। ਕਿਵੇਂ ਵੇਖਿਆ ਤੁਸੀਂ? ਬੂਆ ਬੰਦ ਸੀ, ਤੁਸੀਂ ਵੇਖਿਆ ਸੀ? ਬੂਆ ਨਹੀਂ ਖੁੱਲ ਰਿਹਾ। ਅੱਛਾ, ਵਾਂਡੇ ਬਲਾ ਕੇ ਲਿਆ ਤੁਹਾਨੂੰ ਬੂਆ ਖੁੱਲ। ਉਧਰ ਮ੍ਰਿਤਕਾ ਦੇ ਪਰਿਵਾਰ ਦੇ ਦੱਸਣ ਮੁਤਾਬਕ ਉਹਨਾਂ ਵੱਲੋਂ ਕਈ ਵਾਰ ਜਵਾਈ ਕਿਸ਼ੋਰ ਸਿੰਘ, ਜੋ ਕਿ ਸ਼ਰਾਬ ਪੀ ਕੇ ਹਰ ਰੋਜ਼ ਪ੍ਰੀਤੋ ਦੀ ਕੁੱਟਮਾਰ ਕਰਦਾ ਸੀ, ਨੂੰ ਕਈ ਵਾਰ ਸਮਝਾਇਆ, ਪਰ ਬਾਵਜੂਦ ਇਸ ਦੇ ਉਹ ਕੁੱਟਮਾਰ ਕਰਨ ਤੋਂ ਨਹੀਂ ਹਟਿਆ। ਦੂਜੇ ਪਾਸੇ ਇਸ ਸੰਬੰਧੀ ਸੂਚਨਾ ਮਿਲਦਿਆਂ ਮੌਕੇ ਉੱਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਹੜਾ ਹੈਗਾ ਆਪਣਾ ਦੂਜਾ ਕਿਸ਼ੋਰ ਸਿੰਘ ਸ਼ਰਾਬ ਪੀ ਕੇ ਕੁੱਟਮਾਰ ਕਰਦਾ ਸੀ। ਕਈ ਵਾਰ ਅਸੀਂ ਰਾਤ ਨੂੰ ਆਉਂਦੇ ਰਹੇ ਹਾਂ ਅਤੇ ਆਣ ਕੇ ਹੱਥ ਪੱਲਾ ਜੋੜਨਾ ਅਤੇ ਨਹੀਂ ਸਮਝਿਆ, ਖੀਰ 'ਤੇ ਆਣ ਕੇ ਆਹ ਖਰਤੂਤ ਨਾ ਕਰ ਦਿੱਤੀ। ਅਤੇ ਤੁਹਾਡੀਆਂ ਦੋ ਲੜਕੀਆਂ ਕੀ ਘਰੇ ਵਿਆਹੀਆਂ? ਹਾਂ, ਦੋ ਲੜਕੀਆਂ ਇੱਕੋ ਘਰ 'ਚ ਵਿਆਹੀਆਂ। ਕਿਹੜੇ ਪਿੰਡ ਤੋਂ ਤੁਸੀਂ? ਅਸੀਂ, ਮੇਰਾ ਪਿੰਡ ਹਾਮਦ ਟਾਣੀ ਪ੍ਰਗਟ ਸਾਹਿਬ ਦੇ ਕੋਲ ਹੈ ਜੀ। ਪ੍ਰੀਤੋ ਗੋਰੇ ਪਤਨੀ ਕਿਸ਼ੋਰ ਸਿੰਘ, ਪੁੱਤਰ ਮਹਿੰਦਰ ਸਿੰਘ ਵਾਸੀ ਘੋੜੇ ਚੱਕ ਨੇ ਨਾ ਫਾਇਆ ਲੈ ਲਿਆ ਆਪਣੇ ਆਪ, ਅਤੇ ਉਹਨੇ ਪੋਸਟਮਾਰਟਮ ਵਾਸਤੇ ਅਸੀਂ ਲਾਸ਼ ਲੈ ਕੇ ਜਾ ਰਹੇ ਹਾਂ। ਬਾਕੀ ਮਾਮਲਾ ਉਹਦਾ ਜਾਣ 'ਤੇ ਹੋਏਗਾ, ਉਹਨੇ ਘਰ ਜੋ ਉਹਦੇ ਘਰ ਦੇ ਜਾਣ ਲਿਖਾਉਣ ਉਸ ਤਰ੍ਹਾਂ ਕਰ ਲਈ ਅਮਲ 'ਚ। ਫਿਰੋਜ਼ਪੁਰ ਤੋਂ ਸੰਨੀ ਚੋਪੜਾ ਦੀ ਰਿਪੋਰਟ, ਜਗਬਾਣੀ ਟੀਵੀ।